रहमान रहीम। सब तो पहले तो मैं अपने तमाम भैणा भरावां नूं गुजरियाला सरदार उस्मान बुजदार की तरफों पंजाब कल्चर डे ते मुबारकबाद देना, वधाई देना और गुजरियाला साहब ते शुक्रिया भी अदा करदा ते दिल नाल कि उन्होंने तमाम सरकारी अफसरान नूं ऑर्डर किया कि जोशो खरोश नाल मनाया जाए और अपना जिहड़ा रवायती लिबास है पाया जाए। लेकिन इस साल कोरोना की वजह तो शायद जिस तरह से साड़ी गवर्नमेंट चाहती है उस तरह से सेलिब्रेट ना कर सके, तकरीबात मुनक्कद ना कर सके, लेकिन इंशाल्लाह आने वाले साल असीं पंजाब कल्चर डे ना सिर्फ पहले तो ज्यादा जोशो खरोश नाल इंशाल्लाह मनावांगे बल्कि ਜਿਹੜਾ ਜਿਹੜਾ ਪੰਜਾਬ ਹੈ ਮਗਰਬੀ ਪੰਜਾਬ ਉਹਨੂੰ ਆਖ ਸਕਦੇ ਹਾਂ ਕਿਉਂਕਿ ਕਿਸਾ ਦਾ ਸਾਡਾ ਕੱਟ ਇੰਡੀਆ ਚਲਾ ਗਿਆ ਅਤੇ ਸਾਡੇ ਕਲਚਰ ਦੀ ਉਹ ਪਜ਼ੀਰਾਈ ਨਹੀਂ ਹੈ, ਉਸ ਤਰ੍ਹਾਂ ਦੀ ਪ੍ਰਾਈਡ ਦੀ ਸ਼ੋਅ ਨਹੀਂ ਕੀਤੀ, ਉਸ ਤਰ੍ਹਾਂ ਦਾ ਫਖਰ ਸ਼ੋਅ ਨਹੀਂ ਕੀਤਾ ਆਪਣੇ ਕਲਚਰ ਉੱਤੇ ਜਿਸ ਤਰ੍ਹਾਂ ਸਾਡੇ ਹਮਸਾਇਆ ਪੰਜਾਬ ਵਿੱਚ ਹੋ ਰਿਹਾ ਹੈ। ਔਰ ਇਹ ਮੈਂ ਸਮਝ ਆਈ ਜਦੋਂ ਮੈਂ ਪੜ੍ਹਨ ਅਮਰੀਕਾ ਗਿਆ ਇੱਥੋਂ ਅਤੇ ਮੈਂ ਵੇਖਿਆ ਕਿ ਉੱਥੇ ਜਿਹੜੇ ਸਾਡੇ ਸਿੱਖ ਭਰਾ ਸਨ ਉਹ ਕਿਤਨੇ ਫਖਰ ਨਾਲ ਪੰਜਾਬੀ 'ਚ ਗੱਲ ਵੀ ਕਰਦੇ ਸਨ, ਭਾਵੇਂ ਪੀ ਐੱਚ ਡੀ ਕਰ ਰਹੇ ਹੁੰਦੇ ਸਨ, ਉਹਨਾਂ ਨੂੰ ਕਦੀ ਇਸ ਗੱਲ ਤੋਂ ਉਤਸ਼ਾਹ ਨਹੀਂ ਹੋਏ, ਇਹਦੇ ਤੋਂ ਸ਼ਰਮਿੰਦਾ ਨਹੀਂ ਹੋਏ ਕਿ ਅਸੀਂ ਪੰਜਾਬੀ ਹੋਣਾ ਕੋਈ ਕਿਸੇ ਕਿਸਮ ਦੀ ਉਹਨੂੰ ਡਰੋਗੇਟਰੀ ਨਹੀਂ ਉਹਨਾਂ ਸਮਝਿਆ ਬਲਕਿ ਵੈਸੇ ਫਖਰ ਸਮਝਿਆ। ਔਰ ਇਹਦੇ 'ਚ ਕੋਈ ਸ਼ੱਕ ਵੀ ਨਹੀਂ ਕਿ ਤਹਿਜ਼ੀਬ ਕਲਚਰ ਇੱਥੇ ਦੇ ਲੋਕ ਇਤਨਾ ਫੜਾ ਔਰ ਕਦੀਮ ਕਲਚਰ ਮੁਖਤਲਿਫ ਸਦੀਆਂ ਦੇ ਵਿੱਚ ਇਜ਼ਾਫਾ ਹੋਇਆ ਹੈ, ਮੁਖਤਲਿਫ ਕਲਚਰਸ ਦਾ ਜੋ ਕਿ ਇੰਪੈਕਟ ਹੋਇਆ ਔਰ ਉਹ ਮਿਲਾ ਜੁਲਾ ਜੋ ਕਿ ਪੂਰੇ ਸੈਂਟਰਲ ਕਲਚਰ ਪਲੇਸ ਦੀ ਹੈ। ਪਹਿਲੇ ਤੁਸੀਂ ਆਪ ਜਾਵੇ ਘਰ 'ਚ ਗੱਲ ਕਰੋਗੇ ਪੰਜਾਬੀ 'ਚ ਫਿਰ ਬੱਚੇ ਵੀ ਗੱਲ ਕਰਨਗੇ, ਕਿਉਂਕਿ ਅੱਜ ਕੱਲ੍ਹ ਜਿਹੜਾ ਟ੍ਰੈਂਡ ਹੈ ਕਿ ਉਰਦੂ ਵੀ ਨਹੀਂ ਬਲਕਿ ਅੰਗਰੇਜ਼ੀ 'ਚ ਲੋਕ ਗੱਲ ਕਰਦੇ ਨੇ ਜਿਹੜੀ ਹਾਈ ਸੁਸਾਇਟੀ ਹੈ। ਔਰ ਸਕੂਲਾਂ ਤੋਂ ਲੈਟਰ ਜਿਹੜੇ ਨੇ ਪੰਜਾਬੀ ਬੋਲਣਾ ਜਿਹੜਾ ਉਹ ਜਿਹੜੇ ਇੱਥੇ ਅਲੀਟ ਸਕੂਲ ਨੇ ਸੋ ਕਾਲਡ ਉਹ ਸ਼ਰਮਿੰਦਗੀ ਮਹਿਸੂਸ ਕਰਾਉਂਦੇ ਨੇ ਮਾਂ ਪਿਓ ਨੂੰ ਜਿਹਨਾਂ ਦੇ ਬੱਚੇ ਪੰਜਾਬੀ ਬੋਲਦੇ ਨੇ, ਅਤੇ ਇਹ ਗੱਲ ਜਿਹੜੀ ਬੜੀ ਤਸੀਕ ਅਮੇਜ਼ ਔਰ ਕਦੇ ਨਹੀਂ ਸੀ ਹੁਣ ਬਰਦਾਸ਼ਤ ਨਹੀਂ ਕਰਾਂਗੇ ਇਸ ਗੱਲ ਨੂੰ। ਪੰਜਾਬੀ ਨਿਸਾਬ ਵਿੱਚ ਸਬਜੈਕਟ ਜਿਹੜਾ ਲਾਜ਼ਮੀ ਸ਼ਾਮਿਲ ਹੋਣ, ਜਦੋਂ ਮੈਂ ਹਾਇਰ ਐਜੂਕੇਸ਼ਨ ਦਾ ਮਿਨਿਸਟਰ ਹਾਂ ਮੈਂ ਰਿਕੁਐਸਟ ਕਰਾਂਗਾ ਸਕੂਲ ਐਜੂਕੇਸ਼ਨ ਮਿਨਿਸਟਰ ਨਾਲ ਕਿ ਜਿਸ ਤਰ੍ਹਾਂ ਬਾਕੀ ਸੂਬੇ ਵਿੱਚ ਜ਼ਬਾਨ ਬੋਲੀ ਜਾਂਦੀ ਹੈ ਪੜ੍ਹਾਈ ਵੀ ਜਾਂਦੀ ਹੈ, ਇਹਨੂੰ ਕਿਉਂ ਉਸ ਤਰ੍ਹਾਂ ਅਸੀਂ ਨਾ ਕਰ ਸਕਦੇ, ਜ਼ਰੂਰ ਸਾਨੂੰ ਕਰਨਾ ਚਾਹੀਦਾ। ਸਾਡਾ ਦੂਸਰੀ ਗੱਲ ਜਿਹੜੀ ਸਾਨੂੰ ਸਮਝ ਜਿਹੜੀ ਜ਼ਰੂਰੀ ਹੈ ਕਿ ਹਰ ਤਕਰੀਬਨ ਡਿਵੀਜ਼ਨ ਵਿੱਚ ਹਰ ਡਿਸਟ੍ਰਿਕਟ ਵਿੱਚ ਬਲਕਿ ਕਹਿੰਦੇ ਨੇ ਕੁਝ ਮਿਲਾਂ ਤੋਂ ਬਾਅਦ ਸਮੇਂ ਦਾ ਨੈਕਸਟ ਚੇਂਜ ਹੋ ਜਾਂਦਾ ਪੰਜਾਬੀ ਦਾ। ਮੈਂ ਜਿਹੜੀ ਜ਼ਬਾਨ ਬੋਲ ਰਿਹਾ ਸ਼ਾਹਪੁਰੀ ਡਾਇਲੈਕਟ ਹੈ, ਜਿਹੜੀ ਉਹ ਪੱਗ ਪਾਈ ਹੈ ਮੇਰੇ ਲੱਕੜ ਦਾਦੇ ਦੀ 140 ਸਾਲ ਪੁਰਾਣੀ ਪੱਗ ਹੈ ਤੁਹਾਨੂੰ ਆਪਣੇ ਕਲਚਰ ਨਾਲ ਜਿਹੜਾ ਹੈ ਉਹ, ਅਤੇ ਸ਼ਾਇਦ ਅਸੀਂ ਚਕਵਾਲ 'ਚ ਹੋਰ ਪੰਜਾਬੀ ਬੋਲਦੇ ਹਾਂ, ਸਰਗੋਧੇ 'ਚ ਹੋਰ ਹੈ, ਸ਼ੇਖੂਪੁਰੇ 'ਚ ਹੋਰ ਹੈ, ਮਾਝੇ ਦੇ ਇਲਾਕੇ 'ਚ ਹੋਰ ਹੈ, ਲੇਕਿਨ ਇਹ ਸਾਰੀ ਦੀ ਸਾਰੀ ਸਮਝਣਾ ਜ਼ਰੂਰੀ ਹੈ ਕਿ ਪੰਜਾਬੀ ਦੀਆਂ ਇਕਸਾਮ ਨੇ ਔਰ ਸਾਰੇ ਹੀ ਪੰਜਾਬੀ ਲਹਿਜੇ ਜਿਹੜੇ ਨੇ ਇਸ ਇੱਕੀ ਜ਼ਬਾਨ ਔਰ ਕਲਚਰ ਨੂੰ ਸਿਗਨੀਫਾਈ ਕਰਦੇ ਨੇ। ਅਤੇ ਮੈਂ ਜਿਹੜੇ ਲੋਕ ਇੱਥੇ ਇਕੱਠੇ ਹੋਏ ਉਹਨਾਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਔਰ ਉਮੀਦ ਕਰਦਾ ਕਿ ਇਸੀ ਜੋਸ਼ ਔਰ ਜਜ਼ਬੇ ਨਾਲ ਆਇੰਦਾ ਸਾਲਾਂ 'ਚ ਵੀ ਉਹ ਆਪਣਾ ਕਲਚਰ ਡੇ ਵੀ ਸੈਲੀਬ੍ਰੇਟ ਕਰਨਗੇ ਔਰ ਆਪਣੇ ਘਰਾਂ 'ਚ ਇਹ ਰਵਾਇਤ ਔਰ ਕਲਚਰ ਨੂੰ ਜ਼ਿੰਦਾ ਵੀ ਰੱਖਣਗੇ। ਬਹੁਤ ਸ਼ੁਕਰੀਆ।